ਕੀ ਪੰਜਾਬ 'ਚ ਮੁੱਦੇ ਮੁੱਕ ਗਏ ਆ, ਪੰਜਾਬ ਦੇ ਵਿੱਚ ਸਾਰੇ ਮਸਲੇ ਹੱਲ ਹੋ ਗਏ ਆ, ਜਿਹੜਾ ਹੁਣ ਮਤਲਬ ਬਾਹਰ ਜਾਣ ਦੀ ਵੀ ਗੱਲ ਉੱਠ ਖੜੀ ਵੀ ਹੁਣ ਯਾਰ ਯੂਕਰੇਨ ਚੱਲਦੇ ਆ, ਮਸਲੇ ਚੱਲਦੇ ਰਹਿਣੇ ਆ। ਹਾਂ, ਬਟ ਉਹ ਗੱਲ ਤੁਸੀਂ ਸਮਝੋ, ਬਾਬੇ ਨਾਨਕ ਦੀ ਗੱਲ ਸਮਝੋ, ਇਕੱਲਾ ਪੰਜਾਬ ਨਹੀਂ ਤੁਹਾਨੂੰ ਪਿਆਰਾ, ਬਾਬੇ ਨਾਨਕ ਕਦੀ ਪੰਜਾਬ ਦਾ ਥੋੜ੍ਹੀ ਸੀ। ਤੁਹਾਨੂੰ ਵੇਖਣਾ ਪੈਣਾ ਕਿ ਕਿੱਥੇ ਤੁਹਾਡੀ ਹੈਲਪ ਦੀ ਲੋੜ ਹੈ। ਔਰ ਬਾਈ ਜਿਹੜੇ ਲੋਕ ਮੈਨੂੰ ਉੱਥੋਂ ਕਾਲਾਂ ਕਰ ਰਹੇ ਨਾ ਯੂਰਪੀਅਨ, ਜੇ ਭਾਵੇਂ ਯੂਕਰੇਨ ਦੇ ਆ ਜਾਂ ਜਰਮਨੀ ਦੇ ਆ, ਉਹ ਲੋਕ ਨੇ ਜਿਹੜੇ ਸਾਡੇ ਦਿੱਲੀ ਧਰਨੇ 'ਚ ਆਏ ਸੀ। ਭਾਖੜਾ ਦਾ ਉਹ ਮੈਨੇਜਮੈਂਟ ਬੋਰਡ ਸੀ, ਉਹਦੇ 'ਚੋਂ ਪੰਜਾਬ ਬਾਹਰ ਹੋ ਗਿਆ, ਉਹਨੂੰ ਲੈ ਕੇ ਵੀ ਗੱਲ ਆ। ਤਾਂ ਮੁੱਦੇ ਤਾਂ ਬਹੁਤ ਆ ਜਿਹੜੇ ਪੰਜਾਬ 'ਚ ਵੀ ਹੱਲ ਕਰਾਉਣੇ। 32 ਨਿਆਣੇ ਇਕੱਲੇ ਮੁਕਤਸਰ ਦੇ ਆ, ਮੁਕਤਸਰ ਸਾਹਿਬ ਦੇ 32 ਬੱਚੇ, ਅੱਛਾ ਬੱਚੇ ਯੂਕਰੇਨ ਚੜੇ ਆ। ਕੋਈ ਬੰਦਾ ਇੰਡੀਆ 'ਚ ਬੈਠਾ, ਉਹ ਬੰਦਾ ਕਿਵੇਂ ਤੁਹਾਡੇ ਨਾਲ ਜੁੜ ਸਕਦਾ? ਜੇ ਜਾਣਾ ਚਾਹੁੰਦਾ ਤਾਂ ਕਿਵੇਂ ਜਾ ਸਕਦਾ, ਜਾਂ ਹੈਲਪ ਕਰਨੀ ਚਾਹੁੰਦਾ, ਜਿਹੜੇ ਸਭ ਤੋਂ ਵੱਡੀ ਗੱਲ ਹੈ, ਉਹ ਕਿਵੇਂ ਕਰੇ? ਨਹੀਂ, ਸਿਸਟਮ ਇਹੋ ਹੀ ਆ। ਇੱਕ ਤੇ ਆਪਾਂ ਜਿਹੜੇ ਆਪਣੇ ਬਾਹਰ ਬੈਠੇ ਨੇ, ਜਿੱਦਾਂ ਆਪਾਂ ਗੱਲ ਕਰਦੇ ਸਾਂ, ਸੇਮ ਦਿੱਲੀ ਸੋਚੋ ਉੱਥੇ, ਹੈ ਨਾ, ਕਿ ਉੱਥੇ ਜੋ ਕਰਦੇ ਸਾਂ ਉਹਨਾਂ ਨੂੰ ਕਹੋ ਬਈ ਤੁਸੀਂ ਰੈਡੀ ਹੋ ਜਾਓ, ਆਪਾਂ ਕੁਛ ਨਹੀਂ ਕਹਿੰਦੇ। ਜਿੱਦਣ ਟਾਈਮ, ਜੇ ਟਾਈਮ ਆਇਆ, ਜੇ ਮਾੜਾ ਵਕਤ ਆ ਗਿਆ, ਆਪਾਂ ਨੂੰ ਲੰਗਰ ਪ੍ਰੀਪੇਅਰ ਕਰਨਾ ਪਿਆ ਵੱਡੇ ਲੈਵਲ 'ਤੇ, ਆਪਣੇ ਸੰਦ ਇਕੱਠੇ ਕਰ ਲਓ, ਬਾਟੇ ਇਕੱਠੇ ਕਰ ਲਓ, ਚੌਲ ਇਕੱਠੇ ਕਰ ਲਓ, ਆਟਾ ਇਕੱਠਾ ਕਰ ਲਓ। ਜਿੱਦਣ ਆਪਾਂ ਨੂੰ ਲੋੜ ਪਈ ਆਪਾਂ ਇੱਕ ਟੀਮ ਭੇਜ ਸਕਦੇ ਹਾਂ, ਅਲੱਗ-ਅਲੱਗ ਬਾਰਡਰ 'ਤੇ ਆਪਣੀਆਂ ਵੱਡੀਆਂ ਟੀਮਾਂ ਕੰਮ ਕਰਨ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਯੂਕਰੇਨ ਤੇ ਰੂਸ ਦੇ ਵਿੱਚ ਜੰਗ ਲੱਗੀ ਹੋਈ ਹੈ ਤੇ ਇਸ ਵਿੱਚ ਇੱਕ ਹੋਰ ਖਬਰ ਹੈ ਜਿਹੜੀ ਜਿਸ 'ਚ ਪੂਰੇ ਪੰਜਾਬ ਦਾ ਇੰਟਰਸਟ ਸੀ, ਉਹ ਸੀ ਕਿ ਡਾਕਟਰ ਸਵੈਮਾਨ ਤੇ ਕਈ ਕਿਸਾਨ ਯੂਨੀਅਨਾਂ ਦੇ ਆਗੂ, ਉਹਨਾਂ ਨੇ ਪੋਸਟ ਪਾਈ ਕਿ ਅਸੀਂ ਜਾ ਰਹੇ ਹਾਂ ਯੂਕਰੇਨ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ। ਮੇਰੇ ਨਾਲ ਡਾਕਟਰ ਸਵੈਮਾਨ ਸਿੰਘ ਨੇ, ਇਹਨਾਂ ਤੋਂ ਪੁੱਛਦੇ ਹਾਂ ਕਿਹੜੀ ਇਹੋ ਜਿਹੀ ਮਦਦ ਆ ਜਿਹੜੀ ਉੱਥੇ ਕਰਨ ਜਾ ਰਹੇ ਆ, ਤੇ ਇਹ ਵੀ ਸਵਾਲ ਹੁਣ ਲੋਕਾਂ ਦੇ ਮਨ 'ਚ ਉੱਠਦਾ ਵੀ ਕੀ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਜਿਹੜੇ ਹੁਣ ਬਾਹਰ ਜਾਣ ਨੂੰ ਵੀ ਤਿਆਰ ਹੋ ਗਏ ਆ? ਡਾਕਟਰ ਸਵੈਮਨ ਮੇਰੇ ਨਾਲ ਨੇ, ਬਹੁਤ ਬਹੁਤ ਸ਼ੁਕਰੀਆ ਬਾਈ। ਸਤਿ ਸ਼੍ਰੀ ਅਕਾਲ ਬਾਈ, ਠੀਕ ਹੋ? ਹਾਂਜੀ, ਚੜ੍ਹਦੀ ਕਲਾ। ਤਾਂ ਇਹ ਪਹਿਲਾਂ ਤਾਂ ਮੈਂ ਇਹੀ ਪੁੱਛੂੰਗਾ ਵੀ ਇਹ ਫੈਸਲਾ ਕਿਵੇਂ ਲਿਆ ਵੀ ਯਾਰ ਆਪਾਂ ਯੂਕਰੇਨ ਚੱਲੇ ਹਾਂ? ਯੂਕਰੇਨ ਚੱਲੇ ਹੋ ਜਾਂ ਕਿਤੇ ਮਤਲਬ? ਸੋ ਸਾਡਾ ਜੋ ਪਲਾਨ ਆ, ਪਹਿਲਾਂ ਪੋਲੈਂਡ ਦਾ ਸੀ, ਫਿਰ ਉਹ ਉੱਥੋਂ ਦੀ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਆ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ, ਪੋਲੈਂਡ ਵਾਲਾ ਬਾਰਡਰ ਹੁਣ ਠੀਕ ਆ, ਜ਼ਿਆਦਾ ਲੋੜ ਆ ਜਿਹੜੇ ਦੂਜੇ ਸਾਈਡ ਤੇ ਬਾਰਡਰ ਪੈਂਦੇ ਆ, ਭਾਵੇਂ ਰੋਮਾਨੀਆ ਦਾ ਬਾਰਡਰ ਆ ਉਹਦਾ। ਸੋ ਉੱਥੇ ਸਾਡੀਆਂ ਟੀਮਾਂ ਕੰਮ ਕਰਨਗੀਆਂ। ਕੁਛ ਲੋਕ ਐਸੇ ਨੇ ਜਿਨ੍ਹਾਂ ਨਾਲ ਮੈਂ ਇਨ ਟੱਚ ਆ, ਜਿਹੜੇ ਸਾਡੇ ਨਾਲ ਕਿਸਾਨੀ ਅੰਦੋਲਨ ਵਿੱਚ ਜਿਨ੍ਹਾਂ ਨੇ ਹੈਲਪ ਕੀਤੀ ਸੀ। ਸੋ ਮੇਰਾ ਹੋਊਗਾ ਪਹਿਲਾਂ ਬਰਲਿਨ, ਅੱਜ ਰਾਤ ਨੂੰ ਅਸੀਂ ਲੀਵ ਕਰਨਾ ਬਰਲਿਨ, ਬਰਲਿਨ ਤੋਂ ਬਾਅਦ ਪਹਿਲਾਂ ਕਤਰ, ਕਤਰ ਤੋਂ ਬਾਅਦ ਬਰਲਿਨ, ਬਰਲਿਨ ਤੋਂ ਬਾਅਦ ਫਿਰ ਅੱਗੇ ਬਰਲਿਨ ਵਿੱਚ ਮੀਟਿੰਗ ਕਰਕੇ ਆਪਣੀ ਟੀਮ ਨੂੰ ਗੈਦਰ ਕਰਕੇ ਫਿਰ ਬਾਰਡਰ ਸਾਡਾ, ਤੇ ਇਹ ਆ ਕਿ ਜਿਹੜੇ ਵੀ ਬਾਰਡਰਾਂ ਤੇ ਸਾਡੀ ਲੋੜ ਪਊਗੀ ਉੱਥੇ ਅਸੀਂ ਜਾਵਾਂਗੇ। ਅੱਛਾ, ਤੇ ਮੇਨ ਤੁਹਾਡਾ ਉੱਥੇ ਪਰਪਸ ਕੀ ਰਹੂਗਾ? ਮਤਲਬ ਤੁਸੀਂ ਉੱਥੇ ਸਟੂਡੈਂਟਸ ਆ ਜਿਹੜੇ, ਉਹਨਾਂ ਨੂੰ ਇੱਧਰ ਲਿਆਉਣ ਦੀ ਕੋਸ਼ਿਸ਼ 'ਚ ਹੋ, ਜਾਂ ਉੱਥੇ ਕੋਈ ਜਿਹੜੀਆਂ ਡਾਕਟਰੀ ਸੇਵਾਵਾਂ ਉਹ ਦੇਣ ਦੀ ਕੋਸ਼ਿਸ਼ 'ਚ ਹੋ? ਮਤਲਬ ਹੁਣ ਜਾਣ ਦੇ ਵੀ ਉੱਥੇ ਕਈ ਮਕਸਦ ਹੋ ਸਕਦੇ ਆ ਨਾ, ਇਹ ਵੀ ਹੋ ਸਕਦਾ ਵੀ ਤੁਸੀਂ ਉੱਥੇ ਆ ਕੇ ਫੌਜ 'ਚ ਭਰਤੀ ਹੋਣਾ। ਮੇਨ ਮਕਸਦ ਸਾਡਾ ਸਦਾ ਹੀ ਫੌਜ ਵਿੱਚ ਤਾਂ ਆਬਵੀਅਸਲੀ ਨਹੀਂ, ਕਿਉਂਕਿ ਇਹ ਸਾਡੀ ਲੜਾਈ ਨਹੀਂ, ਔਰ ਮੈਂ ਫੀਲ ਕਰਦਾ ਸੀ ਕਿਸੇ ਵੀ ਲੜਾਈ ਦੇ ਇਨਸਾਨੀਅਤ ਦੇ ਖਿਲਾਫ ਹੈ ਜੋ ਹੋ ਰਿਹਾ। ਸੋ ਮੈਂ ਉਹਨੂੰ ਸਪੋਰਟ ਨਹੀਂ ਕਰ ਸਕਦਾ, ਭਾਵੇਂ ਯੂਕਰੇਨ ਵੱਲੋਂ ਹੋਵੇ ਭਾਵੇਂ ਰਸ਼ੀਆ ਵੱਲੋਂ ਹੋਵੇ। ਬੰਦੂਕ ਚੁੱਕਣ ਦਾ ਤੇ ਜਵਾਬ ਹੀ ਨਹੀਂ ਪੈਦਾ, ਮਤਲਬ ਕਿ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੀ ਸਾਡੀ ਜੌਬ ਹੈ, ਇੱਕ ਡਾਕਟਰ ਹਾਂ ਮੈਂ, ਸੋ ਸਾਡੀ ਸਦਾ ਹੀ ਸਾਡੀ ਪ੍ਰਾਇਓਰਟੀ ਮੈਡੀਕਲ ਯੂਨਿਟ ਰਹੀ ਆ। ਭਾਵੇਂ ਦਿੱਲੀ ਅੰਦੋਲਨ ਤੋਂ ਪਹਿਲਾਂ ਇਹ ਕੰਮ ਕੀਤੇ ਆ, ਠੀਕ ਹੈ, ਦਿੱਲੀ ਅੰਦੋਲਨ 'ਚ ਤੁਹਾਡੇ ਵਰਗੇ ਵੀਰਾਂ ਨੇ ਸਾਡੀ ਗੱਲ ਚੁੱਕ ਲਈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਡਾਕਟਰ ਸਵੈਮਾਨ ਵਰਗਾ ਕੋਈ ਨਾਮ ਆ, ਜਾਂ ਫਾਇਰ ਯੂਅਰ ਹਾਰਟ ਐਸੋਸੀਏਸ਼ਨ ਕੋਈ ਚੀਜ਼ ਆ। ਅਮਰੀਕਾ ਚਲੋ ਸਾਡਾ ਹੈਗਾ ਸੀ, ਹੈ ਨਾ, ਜਾਂ ਅਫਰੀਕਾ 'ਚ, ਸਾਊਥ ਅਮਰੀਕਾ 'ਚ ਸਾਡਾ ਚੱਲਦਾ, ਪਰ ਇਹ ਕਿ ਪੰਜਾਬ ਲੈਵਲ 'ਤੇ ਤੁਹਾਨੂੰ ਪਤਾ ਲੱਗ ਗਿਆ ਕਿ ਓਕੇ ਬਾਈ ਇਹ ਕੁਛ ਕਰਨ ਦੇ ਆ। ਸੋ ਸਾਡਾ ਮੈਡੀਕਲ ਸਦਾ ਪ੍ਰਾਇਓਰਟੀ ਰਹਿੰਦਾ। ਕਦੇ ਵੀ ਕਿਤੇ ਕੋਈ ਲੜਾਈ ਹੁੰਦੀ ਆ, ਉਦੋਂ ਇੱਕ ਤਾਂ ਤੁਹਾਡਾ ਜਿਹੜਾ ਸੱਟਾਂ ਚੋਟਾਂ ਉਹ ਹੁੰਦੀਆਂ, ਪਰ ਜਿਹੜੀ ਚੀਜ਼ ਲੋਕਾਂ ਨੂੰ ਨਹੀਂ ਪਤਾ ਉਹ ਆ ਮੈਂਟਲ ਹੈਲਥ ਦੇ ਉੱਤੇ। ਸੋ ਮੈਂਟਲ ਹੈਲਥ ਦੇ ਉੱਤੇ ਕੰਮ, ਉਹ ਬਾਰਡਰਾਂ 'ਤੇ ਖਾਸ ਕਰਕੇ ਜਦੋਂ ਵੀ ਕੋਈ ਨਵਾਂ ਇਹੋ ਜਿਹੀ ਟਰੈਜਿਕ ਥਾਂ ਤੋਂ ਆਉਂਦਾ, ਕਿਸੇ ਨੇ ਬੰਬ ਵੱਜਦਾ ਵੇਖਿਆ, ਕਿਸੇ ਦੇ ਕੋਈ ਵੱਡੇ ਵਡੇਰੇ ਹੋ ਸਕਦਾ ਉੱਥੇ ਮੌਤ ਦੇ ਮੂੰਹ 'ਚ ਉਹਨਾਂ ਨੇ ਵੇਖਿਆ ਹੋਣ, ਕਈਆਂ ਨੂੰ ਟਰੋਮਾ ਬਹੁਤ ਹੁੰਦਾ। ਸੋ ਉਹ ਚੀਜ਼ ਦੇ ਉੱਤੇ ਕੰਮ ਕਰਨਾ, ਅਕਿਊਟ ਜਿਹੜੇ ਜੇ ਕਿਸੇ ਨੂੰ ਕੋਈ ਲਾਈਫ ਸੇਵਿੰਗ ਕੋਈ ਚੀਜ਼ ਚਾਹੀਦੀ ਆ ਉਹ ਤੇ ਉਹਦੇ ਨਾਲ ਕੰਮ ਕਰਨਾ। ਸੋ ਮੈਡੀਕਲ ਤਾਂ ਸਾਡੀ ਪ੍ਰਾਇਓਰਟੀ ਹੋ ਗਈ ਹੈ ਕਿ ਯੂਕਰੇਨ ਦਾ ਮਿਲਟਰੀ ਹਸਪੀਟਲ ਆ, ਅਸੀਂ ਉਹਨਾਂ ਦੇ ਨਾਲ ਇਨ ਟੱਚ ਆ। ਅਗੇਨ ਸਾਡੇ ਕੁਛ ਟੀਮ ਦੇ ਜਿਹੜੇ ਜਿਨ੍ਹਾਂ ਨਾਲ ਮੈਂ ਪਹਿਲਾਂ ਕੰਮ ਕੀਤਾ ਪਾਸਟ ਵਿੱਚ, ਉਹ ਉੱਥੇ ਪਹੁੰਚ ਚੁੱਕੇ ਆ, ਉਹਨਾਂ ਨੇ ਆਪਣੀ ਸੇਵਾ ਸ਼ੁਰੂ ਕਰਤੀ ਆ। ਸੋ ਸਾਡਾ ਮੈਡੀਕਲ ਦਾ ਹੋਊਗਾ, ਬਟ ਅਸੀਂ ਕਦੇ ਵੀ ਕਲੋਜ਼ ਨਹੀਂ ਕਰਦੇ, ਮੈਡੀਕਲ ਪ੍ਰਾਇਓਰਟੀ ਆ। ਬਟ ਹਾਲਾਤਾਂ ਦੇ ਹਿਸਾਬ ਨਾਲ, ਜਿੱਦਾਂ ਦਿੱਲੀ 'ਚ ਸਾਨੂੰ ਕਰਨਾ ਪਿਆ, जे सानू अगे भावें लंगर की गल होवे शेल्टर की गल होवे असीं ये तीन चीज़ां भी कर सकते हैं। बाकी एट द एंड ऑफ द डे जिहड़ी भी लोड़ होगी है जो अज मैनूं खबरां मिल रही पोलैंड बॉर्डर ते 7-7 दिन हो गया लोकी उत्थे नहाते नहीं आ लिटरली ये वो चीज़ है जी। तुसी अगेन मैं मेरे दिमाग सदा दिल्ली बॉर्डर आ जाते हैं क्योंकि ऐसी चीज़ मैं नहीं कभी जिंदगी वेखी सी और किते ना किते वो चीज़ मैनूं लगदा 10 गुणा ज़्यादा हो गई उत्थे जो इस टाइम ते बॉर्डर ते हो रहा क्योंकि लोग लखां 7 लाख लोग इस वेले यूक्रेन नूं छड्ड के बाहर आ गए हाँ और दिनों दिन जी गिनती है वध रही है। सो मैडिकल पर शेल्टर एंड दैन फूड पर वो की एफर्ट करोगे उत्थे जाके भी किमें किहदे नाल गल करोगे जिहड़े इत्थे विद्यार्थी बहुत फसे हुए आ हाँ जी इहो जिहियां गल्लां भी आ रही और कई तो इहो जी रिपोर्ट भी आई है। हुण देखो युद्ध आ उत्थे पूरी जानकारी डिटेल च तां नहीं रही है ना बहुत पुण के जे जानकारी आउंदी है ते उहदे च कई गल सामने आई भी बहुत लोग तां तुर पे आ जबकि उत्थे टैंपरेचर बहुत घट आगा हालात औखे आ भी तुर पे ओ किधर नूं तुरे आ की हिसाब आ उहदा भी पता लाउणा उहनां नूं दस्सिया जा रिहा तुरन लई। सो मैं तुहानूं दस्सदा कि साडे बच्चे जिहड़े इंडियन जिहड़े स्टूडेंट्स की जो गल करिए वो काफ़ी 20,000 तो वध जो स्टूडेंट सी मैडिकल स्टूडेंट जो कि यूक्रेन के अंदर सी कीव आले दुआले शहरों के विच। सो प्रॉब्लम की आ कि ऑबियसली साडा मिशन इहदे नाल असीं सरकार नाल भी गल कर रहे हैं क्यों वो की कर रहे असी की कर रहे हैं जे मेरे को कोई नवी इनफॉर्मेशन आती है जी साडी ऑन ग्राउंड टीम आ क्योंकि कोई मैडिकल स्टूडेंट यूक्रेन के साडे नाल काम कर चुके आ जां जिहड़ा डॉक्टर सुखमन आ साडे टीम दे हिस्से वो उत्थे पढ़े आ सो उन्हां दे नाल भी इन टच आ। इदां ही साडे जसविंदर संघा जिहड़े कि कैंडिडेट सी SSM दे साडे फैमिली फ्रेंड ने उन्हां दा आपदे फार्म आ उत्थे। सो कुछ लोग सानूं साडी कला की जानकारी च आ ਜਿਹੜੇ ਉੱਥੇ ਰਹੇ ਨੇ ਜਿਹੜੇ ਜਿਨ੍ਹਾਂ ਦੇ ਉੱਥੇ ਬਿਜ਼ਨਸ ਆ ਜਾਂ ਜਿਹੜੇ ਉੱਥੇ ਮੈਡੀਕਲ ਲਾਈਨ ਦੇ ਨਾਲ ਇਨ ਟੱਚ ਆ। ਇੱਦਾਂ ਹੀ ਅਮਰੀਕਾ ਦੇ ਵਿੱਚ ਮੇਰੇ ਫਰੈਂਡਸ ਨੇ ਯੂਕਰੇਨ ਤੋਂ ਜਿਹੜੇ ਮੇਰੇ ਇਨ ਟੱਚ ਆ। ਸੋ ਉਹਨਾਂ ਨਾਲ ਇਨ ਟੱਚ ਹੋ ਕੇ ਇਹੋ ਹੀ ਗੱਲ ਦਾ ਪਤਾ ਆ ਰਿਹਾ ਕਿ ਜਿਹੜੇ ਸਟੂਡੈਂਟ ਸੀ ਪਹਿਲਾਂ ਸ਼ੈਲਟਰ ਵਿੱਚ ਸੀ ਫੂਡ ਉੱਥੇ ਪਹੁੰਚਣਾ ਸ਼ੁਰੂ ਹੋ ਗਿਆ ਸੀ ਫਿਰ ਪ੍ਰੋਬਲਮ ਕੀ ਆ ਗਈ ਜਦੋਂ ਰਸ਼ੀਆ ਨੇ ਕਹਿ ਦਿੱਤਾ ਕਿ ਅਸੀਂ ਇਹ ਤੁਹਾਡੇ ਸ਼ਹਿਰ ਹੀ ਤਬਾਹ ਕਰਦੇ ਨੇ ਕਿ ਤੁਸੀਂ ਨਿਕਲ ਜਾਓ। ਇੰਡੀਅਨ ਅੰਬੈਸੀ ਵੱਲੋਂ ਵੀ ਮੈਸੇਜ ਲੱਗ ਗਿਆ ਇੰਡੀਅਨ ਅੰਬੈਸੀ ਦੇ ਵੀ ਹੱਥ ਵੱਜੇ ਆ ਉੱਥੇ नहीं है उन्होंने पता ही नहीं ग्राउंड रियलिटी की आई मीन दे आई एम श्योर वो अपना बेस्ट कर रहे आप ब्लेम नहीं इतने किसी कर रहे आप ट्राई कर रहे कि सारे इकट्ठे हो गए आप किदा काम करना। सो कल मेरे को कोई नवी इनफॉर्मेशन आई कि उत्थे जिहड़ा एक ट्रेन स्टेशन आ आई फॉरगॉट मैनू शहर का नाम भुल गया एक तो कीव आ दूजा खारकीव तो इनफॉर्मेशन आई कि 400 बच्चा उत्थे ट्रेन स्टेशन के उत्ते स्टक आ और वो की होया कि उन्होंने रेसिज्म हो रहा जो दसिया गया जे वो टैलीफोन से वीडियो बनाने की कोशिश करते उन्होंने फोन खोई जा रहा कुटिया जा रहा फिर की दसिया गया कि वो तुर पे 200 न्याणा उतों पैरी तुर पाया। हुण ये बहुत ट्रबल आ जी तुहानूं आउणी आ जदों सीज फायर हो जाता जो सानू अलाउ किया उन्होंने कि तुसीं हुण यूक्रेन के अंदर आ सकते हो और तुहानूं ऐसे बच्चे लभणे आ जिहड़े देखो परमात्मा करे कि जिहड़े दो दी जिहड़ी पता लगा उही आ पर बहुत कुछ अगे आऊगा जदों ये गल्लां जदों सीज फायर हो गया और जदों साडे वर्गे लोगों को अलाउ कर दिता उन्होंने कि तुसीं देश के अंदर आ सकते हो। हुण एक सवाल ये बहुत हो रहा भी की पंजाब च मुद्दे मुक्क गए आ पंजाब दे विच सारे मसले हल हो गए जिहड़ा हुण मतलब बाहर जाण दी भी गल उठ खड़ी भी हुण यार यूक्रेन चलदे आ है ना आ सवाल भी बड़ा ये सवाल मैनू अमेरिका च भी पुछते हैं यार इत्थे मसले मुक्क गए तू उधर चल गया। सो ये देखो असी जे सरबत के भले की गल करते हैं बाबे नानक की गल करते हैं है ना। सो सरबत के भले की जे तुसी गल करनी आ मसले चलते रहने आ हाँ। बट वो गल तुसी समझो बाबे नानक की गल समझो कला पंजाब नहीं तुहानू प्यारा बाबे नानक कदी पंजाब दा थोड़ी सी कि कला मैं जी पंजाब दे वो तो पानिया की गल करते सी हवा की गल करते सी धरती की गल करते सी कितों तक वो फिरे। सो वो जे तुसीं उन्हां दी सोच नूं प्यार करते हो फिर तुसीं ये नहीं कह सकते कि बई मैं पंजाब दे ही मसलियां तक ही रह गया तुहानूं वेखना पैना कि कित्थे तुहाडी हैल्प दी लोड़ है। और बई जिहड़े लोग मैनूं उत्थों कॉलां कर रहे हैं ना यूरोप दी जे भावें यूक्रेन दे आ जां जर्मनी दे आ वो लोग ने जिहड़े साडे दिल्ली धरने च आए सी मतलब कितना कितने उन्होंने साड़ी हैल्प की याद है जो आप दिल्ली आप लोगों को अपील करते हैं सारी दुनिया को यार हाथ जोड़े यार साड़ी हैल्प करो ये वो हाँ। अज उ लोग है ट्रबल च अज तुहाडा नहीं फर्ज बनता जे वो हथ जोड़न दे आ तुसीं भी अपने चौंकां ते खड़े हो। मैं कहना आ माहौली जिद्दां आपां खड़े करते हैं पहला अज फिर खड़े होइए दुनिया नूं पता लगे कि ये जिहड़ी कौम है बाबे नानक दी कौम है जां बाबे नानक नूं प्यार करने वाली इस कौम आ ये सरबत दे वाकई तुसीं एक हुंदा तुसीं किताबां पढ़दे हो बुक्स पढ़ते हो, एक होंदा तुसीं प्रैक्टिकल करते हो। साडे ना की है कि असीं जो किसी ने कहता वो फेस वैल्यू तो लै लैंदे, नहीं प्रैक्टिकल वेखो, प्रैक्टिकल करो। अज टाइम आ जे तुसीं कहंदे हो तुसीं सिख हो, तुसीं हिंदू हो, मुसलमान हो, चंगे हिंदू बणन का मौका वा, चंगे सिख बणन का मौका वा कि इंसानियत के नाम पर जो भी आप कर सकते। मैं नहीं कहता मेरा काम चिड़ी वाला ही होगा, शायद हो सकता मैं उत्थे जावां उत्थे यू नो सारा कुछ सही हो सकता मेरी बहुत लोड़ हो, पर आप ट्राई करिए जिन्ने जोगा मैं हैगा उन्नी ट्राई कर रहा। बाकी जे पंजाब दे मसले आ, मसलियां ते साडी टीम कोशिश जा रही है, बाकी इत्थे भी आ ਕੰਮ ਚੱਲਦੇ ਰਹਿਣੇ। ਕਿਉਂਕਿ ਮਸਲਿਆਂ 'ਚ ਇਹ ਵੀ ਹੈ ਨਾ, ਹੁਣ ਜਿਵੇਂ ਭਾਖੜਾ ਦਾ ਉਹ ਮੈਨੇਜਮੈਂਟ ਬੋਰਡ ਸੀ, ਉਹਦੇ 'ਚੋਂ ਪੰਜਾਬ ਬਾਹਰ ਹੋ ਗਿਆ, ਉਹਨੂੰ ਲੈ ਕੇ ਵੀ ਗੱਲ ਆ। ਤਾਂ ਮੁੱਦੇ ਤਾਂ ਬਹੁਤ ਆ ਜਿਹੜੇ ਪੰਜਾਬ 'ਚ ਵੀ ਹੱਲ ਕਰਾਉਣ ਵਾਲੇ ਆ। 32 ਨਿਆਣੇ ਇਕੱਲੇ ਮੁਕਤਸਰ ਦੇ ਹੀ ਆ, ਮੁਕਤਸਰ ਸਾਹਿਬ ਦੇ 32 ਬੱਚੇ ਅੱਛਾ ਬੱਚੇ ਯੂਕਰੇਨ ਚੜੇ ਆ। ਪਾਣੀਆਂ ਦਾ ਮਸਲਾ ਵੇਖੋ, ਜੇ ਮੈਂ ਆਪਣੀ ਪਰਸਨਲ ਲੈਵਲ 'ਤੇ ਗੱਲ ਕਰਾਂ, दिल्ली अंदोलन भी मैं वो गल की और पिछले 2 महीनों जे मैं सब तो वड्डे मसले अगे लै के आते सी उह सी पंजाब दे पाणियां दा, पंजाब दी बोली दा, पंजाब दी एजुकेशन दा। बई ये मसले आ, ये गल करनी आ। और मैनूं ये भी पता ये लड़ाई एक दिन दी नहीं आ, ये लड़ाई 10, 20, 30, 40 साल हो सकता मेरे बच्चों ने भी ये लड़ाई लड़नी पवे, क्योंकि जद तक तख्त नहीं पलटदे, जद तक ਉਹ ਲੋਕ ਜਿਹੜੇ ਵਾਕਈ ਪੰਜਾਬ ਨੂੰ ਇਸ ਦੇਸ਼ ਨੂੰ ਪਿਆਰ ਕਰਦੇ ਆ ਉਹ ਸੀਟਾਂ ਤੇ ਨਹੀਂ ਬਹਿੰਦੇ, ਜਦ ਤੱਕ ਉਹ ਕਰਪਟ ਲੋਕ ਬੈਠੇ ਆ ਉਹਨਾਂ ਸੀਟਾਂ ਤੇ, ਉਦੋਂ ਤੱਕ ਤੁਹਾਡੇ ਮਸਲੇ ਨਹੀਂ ਸੋਲਵ ਹੋਣੇ। ਸੋ ਇਸ ਲਈ ਗੱਲ ਕਰਦਾ ਸਦਾ ਹੀ ਇਲੈਕਸ਼ਨਾਂ ਦੀ, ਕਦੀ ਨਾ ਕਦੀ ਚੰਗੇ ਲੋਕਾਂ ਨੂੰ ਅੱਗੇ ਆਉਣਾ ਪੈਣਾ, ਉਹਨਾਂ ਸੀਟਾਂ ਤੇ ਬਹਿਣਾ ਪੈਣਾ। ਪਰ ਬਾਈ ਜਿਹੜੇ ਉਹ ਪਰਿਵਾਰ ਆ ਜਿਨ੍ਹਾਂ ਦੇ ਬੱਚੇ, ਮੈਂ ਮੁਕਤਸਰ ਸਾਹਿਬ ਦੀ ਗੱਲ ਕੀਤੀ, ਇੱਦਾਂ ਸਾਰੇ ਗਿਣਤੀ ਪੰਜਾਬ ਦੇ ਬਹੁਤ ਲੋਕ ਆ। ਮੈਨੂੰ ਮੈਸੇਜ ਆਉਂਦੇ ਆ ਕਿਸੇ ਦਾ ਕਿ ਮੇਰਾ ਭਰਾ ਹਸਪੀਟਲ ਦੇ ਵਿੱਚ ਐਡਮਿਟਡ ਆ, ਡਾਕਟਰ ਸਾਹਿਬ ਕੀ ਕਰੀਏ ਹੁਣ, ਕੀ ਕਰੋ ਯੂਕਰੇਨ ਦੇ ਵਿੱਚ, ਹੈ ਨਾ। ਸੋ ਆਪਾਂ ਬਹੁਤ ਜ਼ਿਆਦਾ ਇਫੈਕਟਿਵ ਆ। ਸਾਡੇ ਆਪਦੀ ਟੀਮ ਦੇ ਬਹੁਤ ਅਹਿਮ ਬੰਦੇ ਆ ਜਿਹੜੇ ਸੰਧੂ ਸਾਹਿਬ, ਉਹ ਸਿਮਰਨ ਸੰਧੂ ਉਹਨਾਂ ਦੇ ਹੈ ਨਾ ਭਤੀਜੇ ਆ ਜਿਹੜੇ, ਉਹ ਉੱਥੇ ਆ ਅਤੇ 24 ਤਰੀਕ ਤੋਂ ਬਾਅਦ ਉਹਨਾਂ ਦੀ ਕੋਈ ਗੱਲ ਹੀ ਨਹੀਂ ਹੋਈ, ਹੈ ਨਾ। ਇਹ ਉਹਨਾਂ ਦੀ ਵੀ ਕਿਸੇ ਫੈਮਿਲੀ ਮੈਂਬਰ ਨੇ ਮੈਨੂੰ ਮੈਸੇਜ ਕੀਤਾ। ਇੱਦਾਂ ਬੜੇ ਫੈਮਲੀਆਂ ਦੇ ਤੁਹਾਨੂੰ ਆਪਾਂ ਨੂੰ ਪਤਾ ਨਹੀਂ ਗੱਲ ਦਾ, ਆਪਾਂ ਨੂੰ ਪਤਾ ਨਹੀਂ ਕਿ ਉੱਥੇ ਕਿੰਨੇ ਲੋਕ ਨੇ, ਬਹੁਤ ਜ਼ਿਆਦਾ ਲੋਕ ਨੇ ਜਿਹੜੇ ਆਪਣਾ ਤਾਂ ਵੇਖੋ ਸਾਰੇ ਹੀ ਆ, ਪਰ ਜੇ ਮੈਂ ਆਪਣੇ ਗੱਲ ਕਰਾਂ ਪੰਜਾਬੀ ਵੀ ਬਹੁਤ ਜ਼ਿਆਦਾ ਆ, ਇੰਡੀਅਨ ਵੀ ਬਹੁਤ ਜ਼ਿਆਦਾ ਆ, ਔਰ बहुत ज़्यादा ट्रबल दे विच आ। और जे तुसीं हुण ना कीता सारी उम्र फिर तुसीं सोचो यार मैं कुछ कर लैंदा। सो अपने वल्लों कोशिश आ, पाणियां दा मसला बई सारी उम्र पई है, ये लड़ांगे, लड़दे रहना वा, पर कुछ टाइम आ जाता जिंदगी च जो कुछ मसले अहम हो जाते हैं। और मैं सारे पंजाबियों को कहूँगा बई अपने छोटे मोटे डिफरेंस भुल जाओ, एक बड़ी वड्डी लड़ाई लड़ी पई, ये तुसीं किहड़े गल्लां च फस जांदे हो। देखो कुछ टाइम हुंदा अपने जिहड़े आ निजी मसले ਸਾਈਡ 'ਤੇ ਕਰੋ, ਉਹ ਮਸਲਿਆਂ ਵੱਲ ਹੋ ਜਾਓ, ਕਿਉਂਕਿ ਜੇ ਦਿੱਲੀ ਅੰਦੋਲਨ ਕੱਲ੍ਹ ਸੀ ਨਾ, ਇੱਕ ਹੋਰ ਅੰਦੋਲਨ ਅੱਗੇ ਹੋ ਸਕਦਾ, ਫਿਰ ਤੁਸੀਂ ਹੱਥ ਜੋੜੋਗੇ ਬਈ ਸਾਰੀ ਦੁਨੀਆ ਮੇਰੀ ਸੁਣੇ। ਪਰ ਅੱਜ ਜੇ ਤੁਸੀਂ ਆਪਣਾ ਕੰਮ ਕੀਤਾ, ਸਰਬੱਤ ਦੇ ਭਲੇ ਦੀ ਸੋਚੀ, ਕੱਲ੍ਹ ਉਹ ਲੋਕ ਵੀ ਤੁਹਾਡੇ ਲਈ ਖਲੋਣਗੇ। ਸੋ ਆਈ ਥਿੰਕ ਸਰਕਾਰਾਂ ਆਪਣੀਆਂ ਕੰਮ ਕਰਦੀਆਂ ਵਾ, ਇੱਕ ਛੋਟੇ ਲੈਵਲ 'ਤੇ ਆਪਣੇ ਵਰਗੇ ਲੋਕ ਵੀ ਇੱਕ ਬਹੁਤ ਵੱਡਾ ਫਰਜ਼ ਨਿਭਾ ਸਕਦੇ ਆ ਇਨਸਾਨੀਅਤ ਦੇ ਨਾਮ 'ਤੇ। ਸੋ ਪਾਣੀਆਂ ਦਾ ਮਸਲਾ ਲੜਾਈ ਕਰਦੇ ਰਹੇ ਆ, ਕਰਦੇ ਰਵਾਂਗੇ। बहुत लोग ये लड़ाई ते लगे आ, सुखपाल खैरा जी बड़े देर दे लड़न दे, इदां दे बड़े लीडर मैनूं पता, मैं नाम लै सकदा बई ये करन दे। पर अज टाइम आ, वो परिवारां दे सोचो उन्हां दे उपर की बीत रही होगी, वो मावां दे वो जिन्हां ने अपने बच्चे उत्थे यूक्रेन भेजे पढ़न लई, अज पता ही नहीं यार। जदों बॉम्बिंग हो रही आ, ਬੱਚਿਆਂ ਨੂੰ ਟ੍ਰੇਨਾਂ 'ਤੇ ਨਹੀਂ ਚੜ੍ਹਦੇ ਆ, ਸਭ ਯੂ نو 0 ਡਿਗਰੀ ਮਾਈਨਸ 'ਤੇ ਟੈਂਪਰੇਚਰ ਚੱਲ ਰਿਹਾ ਵਾ, ਬੱਚੇ ਤੁਰਨ ਦੇ ਆ, ਕੋਈ ਵਿੱਚ ਕੁੜੀਆਂ ਵਾ, ਕੋਈ ਮੁੰਡੇ ਆ, ਹੈ ਨਾ। ਸੋ ਆਈ ਥਿੰਕ ਇਨਸਾਨੀਅਤ ਦੇ ਨਾਮ 'ਤੇ ਪਾਣੀਆਂ ਦੇ ਮਸਲੇ ਕਰਾਂਗੇ, ਲੜਦੇ ਰਹੇ ਆ, ਲੜਦੇ ਰਵਾਂਗੇ, ਵੱਡੀ ਲੜਾਈ ਆ, ਪਰ ਆ ਇਸ ਟਾਈਮ 'ਤੇ ਇਹ ਮਸਲਾ ਇਨਸਾਨੀਅਤ ਦਾ ਜਿਹਦੇ ਵੱਲ ਆਪਾਂ ਹੋਏ ਆ। ਮੇਰਾ ਆਖਰੀ ਸਵਾਲ ਆ, ਉੱਥੇ ਫਿਰ ਜਿਵੇਂ ਡਾਕਟਰੀ ਤੁਸੀਂ ਕਿਹਾ ਵੀ ਮੇਰਾ ਮੁੱਖ ਡਾਕਟਰ ਹੀ ਰਹੂਗਾ, ਮੰਨ ਲਓ ਕਿਸੇ ਨੂੰ ਕੋਈ ਸ਼ੈਲਟਰ ਦੀ ਲੋੜ ਪੈ ਗਈ ਜਾਂ ਕੁਛ ਹੋਰ ਪੈ ਗਈ, ਉਹਦਾ ਵੀ ਕੋਈ ਪ੍ਰਬੰਧ ਨਾਲੋਂ ਨਾਲ ਹੋਈ ਜਾਂਦੇ। ਮੇਰੇ ਇਟਲੀ ਦੇ ਵਿੱਚ ਕੁਛ ਗੁਰਦੁਆਰਿਆਂ ਦੀ ਸੰਗਤ ਜਿਹੜਾ ਫੋਨ ਆਏ, ਫਿਰ ਉਹਨਾਂ ਨੂੰ ਵੀ ਮੈਂ ਇਹੋ ਗੱਲ ਕੀਤੀ। ਜਰਮਨੀ ਦੇ ਵਿੱਚ ਇੱਕ ਉੱਥੇ ਦੇ ਸਿਆਸਤਦਾਨ ਆ, ਉਹਨਾਂ ਨਾਲ ਗੱਲ ਹੋਈ। ਇੱਦਾਂ ਹੀ ਪੋਲੈਂਡ ਦੇ ਵਿੱਚ ਆਪਣੇ ਮੁੰਡੇ ਆ ਜਿਨ੍ਹਾਂ ਨਾਲ ਗੱਲ ਹੋਈ ਆ। ਸੋ ਪਲੈਨ ਇਹੋ ਹੀ ਹੋਊਗਾ ਕਿ ਮੈਂ ਪਰਸਨਲੀ ਮੈਡੀਕਲ ਦਾ ਕਰੂੰਗਾ, ਪਰ ਸਾਡਾ ਜਿਹੜਾ ਅੰਬਰੇਲਾ ਬਹੁਤ ਵੱਡਾ ਵਾ, ਉੱਥੇ ਆਪਣੀਆਂ ਸੰਸਥਾਵਾਂ ਵੀ ਕੰਮ ਕਰਦੀਆਂ ਵਾ। ਹੋਰ ਮੈਂ ਜਿੱਦਾਂ ਡਾਕਟਰਸ ਵਿਦਆਊਟ ਬਾਰਡਰਸ ਇੱਕ ਸੰਸਥਾਵਾ ਜਿਹੜੀ ਬਾਹਰ ਦੀ ਹੈ, ਜਿਨ੍ਹਾਂ ਨਾਲ ਮੈਂ ਪਹਿਲਾਂ ਕਦੀ ਕੰਮ ਕੀਤਾ, ਪੈਚਅਪ ਕੀਤਾ, ਇਹੋ ਜਿਹੀਆਂ ਸੰਸਥਾਵਾਂ ਦੇ ਨਾਲ ਅਸੀਂ ਪੈਚਅਪ ਕਰਨ ਲਈ ਰੈਡੀ ਹਾਂ। ਬਈ ਅਸੀਂ ਆਪਣਾ ਮੈਡੀਕਲ ਦਾ ਫੁੱਲ ਔਨ ਕਰਾਂਗੇ, ਹੈਲਪ ਕਰਾਂਗੇ। ਯੂਕਰੇਨ ਦੇ ਹਸਪੀਟਲ 'ਚ ਵੀ ਲੋੜ ਪਈ ਉੱਥੇ ਵੀ ਕਰ ਸਕਦੇ ਹਾਂ, ਪਰ ਜੇ ਲੋੜ ਪਈ ਮੈਂ ਗੁਰਦੁਆਰਿਆਂ ਦਾ ਹੋਰ ਆਪਾਂ ਕੀ ਕਰਨਾ ਹੁੰਦਾ, ਇਹੋ ਹੀ ਗੱਲ ਕਰਨਾ ਕਿ ਬਈ ਜੀ ਆਪਾਂ ਰੈਡੀ ਕਰ ਲਈਏ ਕਮਿਊਨਿਟੀ ਨੂੰ, ਇੱਕ ਸਪਰੈਡ ਕਰ ਦਿਉ ਮੈਸੇਜ। ਮੈਂ ਇਹੋ ਯੂਰਪੀਅਨ ਜੇ ਤੁਹਾਡਾ ਕੋਈ ਫੈਮਿਲੀ ਰਿਲੇਸ਼ਨ ਯੂਰਪ 'ਚ ਬੈਠਾ, ਪਹਿਲੀ ਮੈਂ ਇਸੇ ਗੱਲ 'ਤੇ ਆਉਣ ਲੱਗਿਆ ਸੀ। ਮੰਨ ਲਓ ਕੋਈ ਬੰਦਾ, ਹੁਣ ਇਹ ਵੀ ਸੱਚ ਆ ਵੀ ਬਹੁਤ ਲੋਕਾਂ ਨੂੰ ਇਹ ਲੱਗ ਰਿਹਾ ਵੀ ਸਾਡੇ ਜਾਣ ਨਾਲ ਹੀ ਸਾਰਾ ਕੁਛ ਹੋਊਗਾ, कोई बंदा इंडिया च बैठा है ना, वो बंदा किमें थोड़े ना जुड़ सकता, जो जाना चाहता तो किमें जा सकता, या हैल्प करनी चाहता जी सब तो वड्डी गल है वो किमें करे है ना। तुसीं कहा भी उत्थे बाहरलिआं नूं मैसेज लाओ जिहड़े थोड़े कोई उत्थे बंदे बैठे आ है ना, जां जिवें भी की कोई सिस्टम है इहदा कोई मैकेनिज्म नहीं। सिस्टम इहो ही आ, एक ते आपां जिहड़े अपने बाहर बैठे ने जिद्दां आपां गल करदे सां, सेम दिल्ली सोचो उत्थे है ना कि उत्थे जो करदे सां उहनां नूं कहो बई तुसीं रैडी हो जाओ, आपां कुछ नहीं कहिंदे, जिद्दन टाइम जे टाइम आया जे माड़ा वक्त आ गया आपां नूं लंगर प्रिपेयर करना पिया वड्डे लैवल ते, अपने संद इकट्ठे कर लो, बाटे इकट्ठे कर लो, चौल इकट्ठे कर लो, आटा इकट्ठा कर लो, जिद्दन आपां नूं लोड़ पई आपां एक टीम भेज सकते हैं, अलग अलग बॉर्डर ते अपनियां वड्डियां टीमां काम करन। इदां ही दवाइयां दी लोड़ पै सकदी, उदों आपां दवाइयां इकट्ठियां कर लांगे, पर हजे इस टाइम ते जद तक ग्राउंड रियलिटी अपने अगे नहीं आ, जो जदों तक मैनूं उत्थों की नहीं आउंदा, इह पता उत्थे शैल्टर दी लोड़ आ, इह पता उत्थे रोटी दी लोड़ आ, पर किन्ने लैवल दी लोड़ आ ओह मैं जाके दस सकदा। पर उदों तक मैं सारिआं नूं कहना कि तुसीं रैडी हो जाओ, जिन्ने भी गुरुद्वारे अपने आ जर्मनी च आ, इटली च आ, फ्रांस च आ, यूरोपीयन कंट्रीज जिन्ने भी आ, भाई तुसीं रैडी हो जाओ कि आपां नूं जे लोड़ पई आपां उत्थे जाके हैल्प कर सकीए। जे कोई इंडिया दे विच आ उहनां नूं ते इहो कहूँगा कि भाई ठीक आ, असीं एज अ कह लो कि मेरी जो अपनी हैगी आ ऑर्गेनाइजेशन के हिसाब नाल असीं अपना वीज़े लाउने आ, अपने मुंडियां दे लवाउने आ। इदां ही जे तुसीं वीज़ा एक परसनल लैवल ते तुसीं साडी टीम ते नहीं हो, परसनल लैवल ते लवा सकदे हो, फ्रांस दा लवा सकदे हो, उत्थे आके हैल्प कर सकदे हो। तुसीं डॉक्टर हो, नर्स हो, कोई आम इंसान हो, हर एक बंदा वैलकम है यार। एट दी एंड ऑफ द डे तुहानूं नहीं पता तुसीं शायद एक सिंगल हैंडली किसी की जिंदगी बचा सकते हो, तो जे तो इस तो वड्डी गल की हो सकती है। सो मैं तो कहूँगा सानू भी रीच आउट कर सकते, मैनू कॉल करके तुसीं एटलीस्ट अपना टैलीफोन नंबर रजिस्टर कर दो, तुसीं वीज़े लिए अप्लाई कर सकते हो। साडी ऑर्गेनाइजेशन विच तुसीं मेरे अपने साडी वैबसाइट है उत्ते तुसीं fireyourheart.org ते जाके रजिस्टर कर दो, एटलीस्ट सानू पता होवे टैलीफोन तुहाडा होवे, जे कदी लोड़ पई तुहानूं फोन कर सकते हैं। सो अप टू डेट रखने की कोशिश करूँगा, मैनू नहीं पता उत्ते इंटरनेट होना कि नहीं होना, मैं वीडियोज़ पा सकूँगा कि नहीं होना। इंस्टा वगैरह तो थोड़े नाल जुड़ सकता कोई है ना, उत्थे मैसेज भी कर सकता। तो इंस्टा तो मैं यार इन्ना चैक नहीं करता, प्रॉब्लम यह है कि बहुत ज़्यादा मैसेज होंगे, पर एटलीस्ट तुसीं कर दो। टीम चो कोई अपडेट तो मिलते रहे, टीम चो कोई कर लेंदा, टीममेट मेरे टीम उन्होंने को मेरा पासवर्ड होंदा इंस्टा का फेसबुक का, वही ज़्यादा करते हैं। तुसीं मैसेज कर दो तो वह ट्राई करनगे और रिप्लाई करन दी, पर अपना टैलीफोन नंबर भेज दो, नाम, टैलीफोन नंबर तो यह भी भेज दो जे तुहाडे कोल पासपोर्ट हैगा। सो आह 3 चीज़ां तुसीं भेज के सानूं मैसेज कर दो। बहुत बहुत शुक्रिया, थैंक यू गलबात करन दे लई। इस डॉक्टर स्वैमान सिंह ते तुसीं जुड़े हुए सी अखर दे नाल।